खालसा कॉलेज गवर्निंग कौंसल के द्वारा पहली पातशाही तन धन श्री गुरु नानक देव जी के 593वें प्रकाश पुरब के संबंध में श्री गुरु ग्रंथ साहब जी की छात्र छाया के पांच प्यारों की अगवाई के हेठ सच हन श्री हरिमंदर साहब तक विशाल अलौकिक नगर कीर्तन पांच प्यारों की अगवाई के सजाया गया। इस पवित्र दिहाड़े के संबंध में गवर्निंग कौंसल अधीन चल रहे समूह कॉलेजों स्कूल के प्रिंसीपल स्टाफ मैंबर करीब 20,000 तो वधेरे विद्यार्थियों ने नगर कीर्तन के हाजिरी लगवा के इलाही नज़ारे का आनंद माणिया। नगर कीर्तन के शामिल विद्यार्थी विद्यार्थियों के वलों बोली साहब निहाल पंथ की जीत आदि जयकारे गंजाते हुए शामिल हुए और गुरबाणी शब्द का उच्चारण करद श्री हरिमंदर साहब कंपलैक्स के पहुंचे। Oh,
ਗੁਰੂ ਨਾਨਕ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਗੁਰੂ ਨਾਨਕ ਦੇਵ ਧੰਨ ਨਾਨਕ ਕੋ ਹਰ ਮੀਲ ਜਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਕਾਲਜ ਗਵਰਨਿੰਗ ਕੌਂਸਿਲ ਵੱਲੋਂ ਇਹ ਬਹੁਤ ਹੀ ਸ਼ਲਾਘਨਯੋਗ ਉੱਦਮ ਹੈ ਜੋ ਕਿ ਗੁਰੂ ਨਾਨਕ ਸਾਹਿਬ ਦਾ 523ਵਾਂ ਪ੍ਰਕਾਸ਼ ਪੁਰਬ ਬੜੀ ਸ਼ਰਧਾ ਦੇ ਨਾਲ ਮਨਾ ਰਹੇ ਹਨ ਅਤੇ ਬੜੀ ਵੱਡੀ ਗੱਲ ਹੈ ਕਿਉਂਕਿ ਇਹ ਵਰਲਡ ਰਿਕਾਰਡ ਹੈ। 7 ਕਿਲੋਮੀਟਰ ਦਾ ਜੋ ਨਗਰ ਕੀਰਤਨ ਚੱਲ ਰਿਹਾ ਜਿਸ ਵਿੱਚ 30,000 ਦੇ ਕਰੀਬ ਸਟੂਡੈਂਟਸ ਪ੍ਰਿੰਸੀਪਲ ਸਟਾਫ ਪਾਰਟੀਸਪੇਟ ਕਰ ਰਿਹਾ ਹੈ। ਉਹ ਇੱਥੋਂ ਐਂਡ ਹੋਏਗਾ ਅਤੇ ਜਿਹੜੀ ਇਹਦਾ ਪਹਿਲਾ ਗਰੁੱਪ ਹੋਏਗਾ ਉਹ ਜ਼ਿਲ੍ਹੇ ਵਾਲੇ ਬਾਗ ਹੋਏਗਾ। ਐਡਾ ਵੱਡਾ ਕੀਰਤਨ ਦਰਬਾਰ ਅੱਜ ਤੱਕ ਦੁਨੀਆ 'ਚ ਕਿਤੇ ਨਹੀਂ ਹੁੰਦਾ ਅਤੇ ਮੈਂ ਸਮੁੱਚੀ ਨਾਨਕ ਨਾਮ ਲੇਵਾ ਸੰਗਤਾਂ ਨੂੰ ਫਿਰ ਇਹ ਵਧਾਈ ਦਿੰਦਾ ਹਾਂ ਕਿ ਗੁਰੂ ਨਾਨਕ ਸਾਹਿਬ ਦੇ ਉਪਦੇਸ਼ਾਂ ਦੇ ਉੱਤੇ ਚੱਲੋ, ਕਿਰਤ ਕਰੋ, ਵੰਡ ਛਕੋ ਅਤੇ ਸਰਬ ਸਾਂਝੀ ਵਾਲਦਾ ਦਾ ਉਪਦੇਸ਼ ਦਿਓ। ਆਪਸ 'ਚ ਭੈਣ ਭਰਾ ਵਰਗਾ ਰਿਸ਼ਤਾ ਰੱਖੋ, ਕਿਸੇ ਨਾਲ ਵੈਰ ਵਿਰੋਧ ਨਾ ਕਰੋ। ਇਹੀ ਕਹਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸਾਰਿਆਂ ਨੂੰ ਮੇਰੇ ਵੱਲੋਂ ਅੱਜ ਦੇ ਦਿਨ ਦੀ ਬਹੁਤ ਬਹੁਤ ਵਧਾਈ ਹੋਵੇ। ਜਿਹੜਾ ਹੈ ਉਪਰਾਲਾ ਸਾਡੀ ਮੈਨੇਜਮੈਂਟ ਦੁਆਰਾ ਸ਼ੁਰੂ ਤੋਂ ਸ਼ੁਰੂ ਕੀਤਾ ਗਿਆ ਸੀ, ਇਸ ਪਰੰਪਰਾ ਨੂੰ ਹੁਣ ਵੀ ਅਸੀਂ ਅੱਗੇ ਤੱਕ ਲੈ ਕੇ ਚੱਲ ਰਹੇ ਹਾਂ। ਸੋ ਸਾਰਿਆਂ ਨੂੰ ਅੱਜ ਦੇ ਦਿਨ ਦੀ ਮੈਂ ਬਹੁਤ ਬਹੁਤ ਵਧਾਈ ਦਿੰਦੀ ਹਾਂ। ਹਾਂਜੀ, ਇਹ ਮੇਲਾ ਜਿਹੜਾ ਅਸੀਂ ਦਿਨ ਮਨਾਇਆ ਜਾਂਦਾ ਹੈ, ਇਹਦੇ ਨਾਲ ਵਿਦਿਆਰਥਣਾਂ ਦੇ ਵਿੱਚ ਵੈਲਿਊਜ਼ ਇੰਕਲਕੇਟ ਕੀਤੀਆਂ ਜਾਂਦੀਆਂ ਨੇ ਜੋ ਕਿ ਬਹੁਤ ਹੀ ਜ਼ਰੂਰੀ ਹੈ। ਜਿੰਨਾ ਕੁ ਮਾਨਸਿਕ ਤਣਾਅ ਅੱਜ ਕੱਲ੍ਹ ਚੱਲ ਰਿਹਾ ਹੈ, ਇਹੋ ਜਿਹੀਆਂ ਵੈਲਿਊਜ਼ ਇੰਕਲਕੇਟ ਕਰਨੀਆਂ ਬੱਚੇ 'ਚ ਬਹੁਤ ਹੀ ਜ਼ਰੂਰੀ ਹੈ। ਧੰਨਵਾਦ ਜੀ। ਮੈਨੂੰ ਇਸ਼ਾਰਾ ਕਰੋਗੇ ਨਾ? ਮੈਂ ਡਾਕਟਰ ਹਰਪ੍ਰੀਤ, ਪ੍ਰਿੰਸੀਪਲ ਖਾਲਸਾ ਕਾਲਜ ਆਫ ਐਜੂਕੇਸ਼ਨ GT Road ਅੰਮ੍ਰਿਤਸਰ। ਮੇਰੇ ਵੱਲੋਂ ਸਮੂਹ ਸਾਧ ਸੰਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਹੋਣ। ਪਰਮਾਤਮਾ ਕਰੇ ਗੁਰੂ ਸਾਹਿਬ ਸਾਡੇ ਸਾਰਿਆਂ 'ਤੇ ਆਪਣਾ ਮਿਹਰ ਭਰਿਆ ਹੱਥ ਬਣਾਈ ਰੱਖਣ। ਬਸ ਖੁਸ਼ਕਿਸਮਤ ਸਮਝਦੇ ਹਾਂ ਜੀ, ਅਸੀਂ ਸਾਰਾ ਸਾਲ ਇਸ ਦਿਹਾੜੇ ਦੀ ਉਡੀਕ ਕਰਦੇ ਰਹਿੰਦੇ ਹਾਂ ਕਿ ਪਰਮਾਤਮਾ ਸਾਨੂੰ ਬਲ ਬਖਸ਼ੇ, ਅਸੀਂ ਗੁਰੂ ਘਰ ਤੁਰ ਕੇ ਜਾਈਏ। ਸਾਰੇ ਗੁਰੂ ਨਾਨਕ ਦੇਵ ਜੀ ਦੀ ਨਾਮ ਲੇਵਾ ਸੰਗਤਾਂ ਨੂੰ ਗੁਰੂ ਸਾਹਿਬ ਦੇ ਅਵਤਾਰ ਪੂਜੀਆਂ ਲੱਖ ਲੱਖ ਵਧਾਈ ਹੋਵੇ। ਸਾਡੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਬਹੁਤ ਪੁਰਾਣੀ ਪ੍ਰਥਾ ਹੈ, ਅਸੀਂ ਗੁਰੂ ਸਾਹਿਬ ਦੇ ਅਵਤਾਰਪੁਰ ਤੋਂ ਇੱਕ ਦਿਨ ਪਹਿਲਾਂ ਨਗਰ ਕੀਰਤਨ ਲੈ ਕੇ ਖਾਲਸਾ ਕਾਲਜ ਗੁਰਦੁਆਰਾ ਸਾਹਿਬ ਤੋਂ ਲੈ ਕੇ ਔਰ ਅਕਾਲ ਤਖਤ ਸਾਹਿਬ ਤੱਕ ਜਾਂਦੇ ਹਾਂ। ਅੱਜ ਗੁਰੂ ਸਾਹਿਬ ਦੀ ਅਪਾਰ ਕਿਰਪਾ ਦੇ ਨਾਲ ਸਾਡੇ ਕੋਲ ਸੰਸਥਾਵਾਂ ਦਾ ਇੰਨਾ ਪਸਾਰ ਹੋਇਆ ਕਿ 30,000 ਦੇ ਲਗਭਗ ਸਟੂਡੈਂਟਸ ਨੇ ਔਰ 4,000 ਦੇ ਲਗਭਗ ਟੀਚਿੰਗ ਨੋਨ ਟੀਚਿੰਗ ਸਟਾਫ ਹੈ, ਉਹ ਸਾਰੇ ਨਾਲ ਚੱਲਦੇ ਆ। ਔਰ ਸਾਰੀਆਂ ਨਾਮ ਲੇਵਾ ਸੰਗਤਾਂ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ। ਮੇਰੇ ਨਾਲ ਸਾਰਾ ਗੜੀ ਦੇ ਜਿਨ੍ਹਾਂ ਨੇ ਬਹੁਤ ਕੰਮ ਕੀਤਾ, USA ਰਹਿੰਦੇ ਨੇ ਜੋਸ਼ਨ ਸਾਹਿਬ, ਉਹ ਵੀ ਨਾਲ ਮੇਰੇ ਖੜ੍ਹੇ ਨੇ। ਔਰ YouTube 'ਤੇ ਭਾਈ ਸਿਮਰਜੀਤ ਸਿੰਘ ਜੀ, ਜਿਹੜੇ ਬੜਾ ਸਿੱਖ ਧਰਮ ਦਾ ਪ੍ਰਚਾਰ ਕਰਦੇ ਨੌਜਵਾਨ ਆਗੂ ਨੇ, ਉਹ ਵੀ ਅੱਜ ਇਸ ਨਗਰ ਕੀਰਤਨ ਦੇਖਣ ਆਏ ਨੇ। ਮੇਰੇ ਨਾਲ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਮੈਨੇਜਿੰਗ ਕਮੇਟੀ ਦੇ ਮੈਂਬਰ, ਗਵਰਨਿੰਗ ਕੌਂਸਲ ਦੇ ਮੈਂਬਰ ਵੀ ਇੱਥੇ ਨਾਲ ਖੜ੍ਹੇ ਆ। ਸੋ ਮੈਂ ਸਾਰੇ ਨਾਮ ਲੇਵਾ ਸੰਗਤਾਂ ਨੂੰ ਗੁਰੂ ਸਾਹਿਬ ਦੀ ਅਪਾਰ ਕਿਰਪਾ ਦੇ ਨਾਲ ਲੱਖ ਲੱਖ ਵਧਾਈ ਦਿੰਦਾ। ਸਿੱਖ ਧਰਮ ਨੂੰ ਔਰ ਜਿਹੜੇ ਗੁਰੂ ਨਾਨਕ ਸਾਹਿਬ ਦੇ ਅਨੁਯਾਈ ਨੇ, ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।